ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਸਟੂਡੀਓ ਦੇ ਵਿੱਚ, ਔਰ ਖਾਸ ਤੌਰ 'ਤੇ ਓਮ ਗਲੋਬਲ ਦੇ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਸਾਡੇ ਸਟੂਡੀਓ ਵਿੱਚ ਹਾਜ਼ਰ ਨੇ। ਸੋ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਸ ਆਏ ਸੀ ਔਰ ਪੰਜਾਬ ਦੇ ਵਿੱਚ ਆ ਕੇ ਜਿਹੜੇ ਬੱਚਿਆਂ ਨੂੰ ਮਿਲੇ, ਜਿਹੜੇ ਬੱਚੇ ਕੈਨੇਡਾ ਜਾਣਾ ਚਾਹੁੰਦੇ ਸੀ, ਇਲੈਕਸ਼ਨ ਕਰਕੇ ਬਹੁਤ ਜ਼ਿਆਦਾ ਬੱਚੇ ਜਿਹੜੇ ਨੇ ਕਸ਼ਮਕਸ਼ ਦੇ ਵਿੱਚ ਸੀ ਕਿ ਪਤਾ ਨਹੀਂ ਇਲੈਕਸ਼ਨਸ ਹੋਣਗੇ, ਵੀਜ਼ਾਸ ਮਿਲਣਗੇ ਪੰਜਾਬੀਆਂ ਨੂੰ ਜਾਂ ਵੀਜ਼ਾ ਬੰਦ ਹੋ ਜਾਣਗੇ। ਇਹ ਬਹੁਤ ਸਾਰੇ ਰਿਊਮਰ ਸੀ ਕਿ ਜਦੋਂ ਇਲੈਕਸ਼ਨ ਦੇ ਵਿੱਚ ਜੇਕਰ ਟਰੂਡੋ ਗਵਰਨਮੈਂਟ ਨਹੀਂ ਜਿੱਤ ਪਾਉਂਦੀ ਤਾਂ ਸ਼ਾਇਦ ਪੰਜਾਬ ਤੋਂ ਜਿਹੜੇ ਵਿਦਿਆਰਥੀ ਵੀਜ਼ਾ ਦੇ ਬੱਚੇ ਬਾਹਰ ਜਾਂਦੇ ਸੀ ਉਹਨਾਂ 'ਤੇ ਰੋਕ ਲੱਗ ਸਕਦੀ ਹੈ। ਸੋ ਇਲੈਕਸ਼ਨ ਹੋ ਚੁੱਕੇ ਨੇ, ਰਿਜ਼ਲਟ ਆ ਚੁੱਕੇ ਨੇ, ਪਰ ਹਾਲੇ ਤੱਕ ਸਰਕਾਰ ਕਲੀਅਰ ਨਹੀਂ ਹੋ ਪਾ ਰਹੀ ਕਿਉਂਕਿ ਕਲੀਅਰ ਬਹੁਮਤ ਕਿਸੇ ਨੂੰ ਨਹੀਂ ਮਿਲ ਪਾਇਆ। ਸੋ ਥੋੜ੍ਹੀ ਜਿਹੀ ਪੋਲੀਟਿਕਸ ਨੂੰ ਵੀ ਜਾਣਦੇ ਨੇ ਕੈਨੇਡਾ ਦੇ, ਨੂੰ ਵਿਦਿਆਰਥੀ ਵੀਜ਼ਾ ਦੇ ਵਿੱਚ ਮੁਹਾਰਤ ਰੱਖਦੇ ਨੇ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਇਲੈਕਸ਼ਨਸ ਨੂੰ ਲੈ ਕੇ, ਪੁਨੀਤ ਖੰਨਾ ਜੀ ਨਾਲ ਗੱਲਬਾਤ ਕਰਾਂਗੇ ਕਿ ਹੁਣ ਸਰਕਾਰ ਨੂੰ ਕਿਸ ਤਰੀਕੇ ਨਾਲ ਦੇਖਦੇ ਨੇ ਕਿਉਂਕਿ ਕਿਸੇ ਵੀ ਇੱਕ ਪਾਰਟੀ ਨੂੰ ਕਲੀਅਰ ਬਹੁਮਤ ਨਹੀਂ ਮਿਲ ਪਾਇਆ। ਸੋ ਸਭ ਤੋਂ ਪਹਿਲਾਂ ਸਵਾਗਤ ਕਰ ਰਹੇ ਨੇ ਪੁਨੀਤ ਖੰਨਾ ਜੀ ਦਾ ਓਮ ਗਲੋਬਲ ਤੋਂ। ਖੰਨਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਤ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਖੰਨਾ ਸਾਹਿਬ, ਕਰੀਬ 3-4 ਮਹੀਨੇ ਲਾ ਕੇ ਤੁਸੀਂ ਕੈਨੇਡਾ ਤੋਂ ਵਾਪਸ ਆਏ ਔਰ ਉੱਥੇ ਜੋ ਵੀ ਪੋਲੀਟੀਕਲ ਰੰਗ ਸੀ, ਰਾਜਨੀਤੀ ਨੂੰ ਤੁਸੀਂ ਦੇਖਿਆ, ਕਰੀਬੀ ਤੋਂ ਦੇਖਿਆ, ਉੱਥੋਂ ਇਲੈਕਸ਼ਨਸ ਹੋਏ, ਰਿਜ਼ਲਟ ਨਤੀਜੇ ਸਾਹਮਣੇ ਆ ਗਏ, ਪਰ ਕਿਸੇ ਵੀ ਸਰਕਾਰ ਨੂੰ ਹਜੇ ਕਿਸੇ ਵੀ ਪਾਰਟੀ ਨੂੰ ਜਿਹੜੀ ਹੈ ਉਹ ਕਲੀਅਰ ਕੱਟ ਬਹੁਮਤ ਨਹੀਂ ਮਿਲਦਾ ਨਜ਼ਰ ਆ ਰਿਹਾ। ਸੋ ਫਿਊਚਰ ਕਿਵੇਂ ਦੇਖਦੇ ਹੋ, ਕਿਹੜੀ ਸਰਕਾਰ ਬਣੇਗੀ? ਦੇਖੋ, ਕਾਫੀ ਇਲੈਕਸ਼ਨਸ ਤੋਂ ਪਹਿਲਾਂ ਕਾਫੀ ਗੱਲਾਂ ਹੋ ਰਹੀਆਂ ਸੀ ਕਿ ਕਿਤੇ ਨਾ ਕਿਤੇ ਲੱਗ ਰਿਹਾ ਸੀ ਕਿ ਟਰੂਡੋ ਗਵਰਨਮੈਂਟ ਜਿਹੜੀ ਹੈਗੀ ਹੈ ਲਿਬਰਲਸ ਐਂਟੀ ਇਨਕੰਪੈਂਸੀ ਦਾ ਵੀ ਫੈਕਟਰ ਹੈ ਔਰ ਇਮੀਗ੍ਰੇਸ਼ਨ ਦਾ ਵੀ ਫੈਕਟਰ ਹੈ। ਜੇ ਇਮੀਗ੍ਰੇਸ਼ਨ ਦੀ ਆਪਾਂ ਗੱਲ ਕਰ ਲਈਏ, ਲਿਬਰਲਸ ਹਮੇਸ਼ਾ ਹੀ ਇਮੀਗ੍ਰੇਸ਼ਨ ਦੇ ਪ੍ਰੋ ਰਹੇ ਹੈ। ਉਹਨਾਂ ਨੇ ਪਹਿਲਾਂ ਵੀ ਜਦੋਂ ਸਰਕਾਰ ਰਹੀ ਹੈ ਲਿਬਰਲਸ ਦੀ, ਉਦੋਂ ਵੀ ਚਾਹੇ ਉਹ ਪਰਮਾਨੈਂਟ ਰੈਜ਼ੀਡੈਂਸੀ ਹੈ ਚਾਹੇ ਉਹ ਸਟੂਡੈਂਟ ਵੀਜ਼ਾ, ਐਤਕੀ ਲੋਕਾਂ ਨੂੰ ਜਿਹੜੀ ਜ਼ਿਆਦਾ ਪ੍ਰੋਬਲਮ ਸੀਗੀ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਤੋਂ ਸੀਗੀ, ਉਹ ਸੀਗਾ ਰਿਫਿਊਜੀ, ਕਿਉਂਕਿ ਬਹੁਤ ਸਾਰਾ ਰਿਫਿਊਜੀ ਇਨਟੇਕ ਜਿਹੜਾ ਕੈਨੇਡਾ ਨੇ ਹੈਗਾ ਵੈ ਇਸ ਪਿਛਲੇ ਟੈਨਿਓਰ ਦੇ ਵਿੱਚ 4 ਸਾਲਾਂ ਦੇ ਵਿੱਚ ਕਾਫੀ ਲਿਆ, ਇੰਟਰਨੈਸ਼ਨਲ ਸਟੂਡੈਂਟਸ ਆਇਆ, ਇਮੀਗ੍ਰੈਂਟਸ ਆਇਆ ਪਰਮਾਨੈਂਟ ਰੈਜ਼ੀਡੈਂਸੀ 'ਤੇ। ਸੋ ਜਦੋਂ ਗਵਰਨਮੈਂਟ ਚੇਂਜ ਦੀ ਗੱਲ ਹੁੰਦੀ ਸੀ ਕਿ ਕੰਜ਼ਰਵੇਟਿਵਸ ਆਉਣਗੇ, ਉਹਦੇ ਵਿੱਚ ਜਿਹੜਾ ਮੇਜਰ ਚੇਂਜ ਹੋਣਾ ਸੀ ਉਹ ਹੋਣਾ ਸੀਗਾ ਰਿਫਿਊਜੀਸ 'ਤੇ ਔਰ ਪਰਮਾਨੈਂਟ ਰੈਜ਼ੀਡੈਂਟਸ 'ਤੇ। ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦਾ ਇੱਕ ਸਾਲ ਦਾ ਰੈਵਨਿਊ ਇਜ਼ ਸਮਵੇਅਰ ਅਰਾਊਂਡ $40 billion। ਸੋ ਜਦੋਂ $40 billion ਦਾ ਰੈਵਨਿਊ, ਉਹਦੇ ਵਿੱਚ ਗਵਰਨਮੈਂਟ ਕੋਈ ਵੀ ਹੋਏ ਕੰਟਰੀ ਚਲਾਉਣ ਨੂੰ ਜਾਂ ਉਹ ਸਰਕਾਰ ਚਲਾਉਣ ਨੂੰ, ਉਹ ਰੈਵਨਿਊ ਕੋਈ ਵੀ ਸਰਕਾਰ ਛੱਡਣਾ ਨਹੀਂ ਚਾਹੂਗੀ। ਸੋ ਕਿਤੇ ਨਾ ਕਿਤੇ ਜੇ ਕੰਜ਼ਰਵੇਟਿਵ ਵੀ ਰੂਲਿੰਗ ਪਾਰਟੀ ਬਣ ਕੇ ਸਾਹਮਣੇ ਆਉਂਦੇ ਤਾਂ ਸਟੂਡੈਂਟ ਵੀਜ਼ਾ ਹੋ ਸਕਦਾ, ਬਾਰਿੰਗ ਫਿਊ ਚੇਂਜਸ, ਇਸੇ ਤਰੀਕੇ ਦੇ ਨਾਲ ਚੱਲਦਾ ਰਹਿਣਾ ਸੀਗਾ। SDS ਨੂੰ ਚੇਂਜ ਕਰਕੇ ਕੁਝ ਹੋਰ ਕਰ ਦਿੰਦੇ ਆ, ਕੋਈ ਇੱਕ ਅੱਧੀ ਚੀਜ਼ ਇੰਪਲੀਮੈਂਟ ਕਰ ਸਕਦੇ ਸੀ, ਬਟ ਅਦਰਵਾਈਜ਼ ਇਹ ਇੱਦਾਂ ਹੀ ਕੰਟੀਨਿਊ ਰਹਿਣਾ ਸੀਗਾ। ਫਿਲਹਾਲ ਦੀ ਕੜੀ ਕੀ ਹੋਇਆ ਕਿ ਜਿੱਦਾਂ ਤੁਸੀਂ ਕਿਹਾ ਮੈਜੋਰਿਟੀ ਸਰਕਾਰ ਕਿਸੇ ਦੀ ਨਹੀਂ ਬਣੀ, ਬਟ 157 ਸੀਟਸ ਦੇ ਨਾਲ ਟਰੂਡੋ ਗਵਰਨਮੈਂਟ ਨੂੰ NDP ਦਾ ਸਮਰਥਨ ਹੈ, ਜਿਹਦੇ ਨਾਲ ਇੱਕ ਮਾਈਨੋਰਿਟੀ ਗਵਰਨਮੈਂਟ ਬਣੂਗੀ। ਸੋ ਕਾਫੀ ਕੁਝ ਮਾਈਨੋਰਿਟੀ ਗਵਰਨਮੈਂਟ ਦੇ ਵਿੱਚ ਵੀ ਦੇਖਣ ਨੂੰ ਮਿਲਦਾ, ਜਿਹਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਤੁਹਾਡੇ ਕੋਲ ਪੂਰਾ ਬਹੁਮਤ ਨਹੀਂ ਹੈਗਾ ਤਾਂ ਦੂਜੀ ਪਾਰਟੀ ਜਿਹੜੀ ਸਪੋਰਟ ਕਰਦੀ ਹੈ ਉਹ ਲੱਤ ਖਿੱਚਦੀ ਰਹਿੰਦੀ ਹੈ। ਸੋ ਜਦੋਂ ਕਿਤੇ ਅੱਗੇ ਵੀ ਫਿਊਚਰ ਦੇ ਵਿੱਚ ਇੱਦਾਂ ਦਾ ਕੋਈ ਮੁੱਦਾ ਆਇਆ ਜਿਹਦੇ ਕਰਕੇ ਸਪੋਰਟਿੰਗ ਪਾਰਟੀ ਨੂੰ ਲੱਗਾ ਕਿ ਨਹੀਂ ਇਹ ਸਹੀ ਨਹੀਂ ਹੈਗਾ, ਚਾਹੇ ਉਹ ਰਿਫਿਊਜੀ ਹੈ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਹੈ ਚਾਹੇ ਹੋਰ ਵੀ ਕੋਈ ਮੁੱਦਾ ਹੈ, ਉਹਦੇ 'ਤੇ ਇਹ ਸਰਕਾਰ ਜ਼ਰੂਰੀ ਨਹੀਂ ਕਿ 4 ਸਾਲ ਹੀ ਚੱਲੇਗੀ। ਸੋ ਕਾਫੀ ਕੁਛ ਨੇ, ਲੈਟਸ ਸੀ ਨਵਾਂ ਟੈਨਿਓਰ ਸ਼ੁਰੂ ਹੋਊਗਾ ਹਾਓ ਦੇ ਕੰਟੀਨਿਊ ਵਿਦ ਇਟ। ਇਮੀਡੀਏਟਲੀ ਕੁਛ ਮੇਜਰ ਇਫੈਕਟਸ ਜਾਂ ਕੁਛ ਮੇਜਰ ਚੇਂਜਸ ਆਪਾਂ ਨਾ ਐਕਸਪੈਕਟ ਕਰੀਏ ਫਿਲਹਾਲ ਦੀ ਕੜੀ, ਫੋਰ ਦਾ ਨੈਕਸਟ ਕੁਆਟਰ ਔਰ ਸੋ ਇਹ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ, ਬਟ ਸਟੂਡੈਂਟ ਵੀਜ਼ਾਸ ਦੇ ਉੱਤੇ ਕੋਈ ਮੇਜਰ ਚੇਂਜ ਨਹੀਂ ਲੱਗਦਾ ਕਿ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਹੋਊਗਾ ਜੀ। ਸੋ ਖੰਨਾ ਸਾਹਿਬ, ਪੰਜਾਬ ਦੇ ਵਿੱਚ ਜਿੰਨੇ ਵੀ ਕੰਸਲਟੈਂਟ ਇਸ ਟਾਈਮ ਕੰਮ ਕਰ ਰਹੇ ਨੇ ਜਾਂ ਫਿਰ ਉਹ ਵਿਦਿਆਰਥੀ ਜਿਹੜੇ 12ਵੀਂ ਪਾਸ ਕਰ ਚੁੱਕੇ ਨੇ, ਹੁਣ ਕਈ ਫਾਈਲ ਲਾਉਣ ਦੀ ਤਿਆਰੀ ਦੇ ਵਿੱਚ ਸੀ ਅਤੇ ਕਈਆਂ ਨੇ ਲਾ ਦਿੱਤੀਆਂ ਸੀ ਫਾਈਲਾਂ, ਕੈਨੇਡਾ ਦੇ ਇਲੈਕਸ਼ਨ 'ਤੇ ਨਜ਼ਰ ਬਹੁਤ ਰੱਖੀ ਹੋਈ ਸੀ ਉਹਨਾਂ ਨੇ,
ਭਾਵੇਂ ਪੰਜਾਬ ਦੇ ਵਿੱਚ ਜਿਹੜੀ ਹੁਣ ਜ਼ਿਮਨੀ ਚੋਣਾਂ ਹੋਈਆਂ ਉਹਨੂੰ ਧਿਆਨ ਵਿੱਚ ਨਾ ਰੱਖਿਆ ਹੋਵੇ, ਪਰ ਕੈਨੇਡਾ ਦੇ ਇਲੈਕਸ਼ਨ ਤੋਂ ਬਾਅਦ ਜਦੋਂ ਹੀ ਖਬਰ ਆਈ ਕਿ ਜਸਟਿਨ ਟਰੂਡੋ ਨੂੰ 157 ਸੀਟਾਂ ਮਿਲੀਆਂ ਅਤੇ ਹੁਣ ਸਰਕਾਰ ਬਣ ਸਕਦੀ ਹੈ, ਹਰ ਇੱਕ ਨੇ ਆਪਣੀ ਸੋਸ਼ਲ ਮੀਡੀਆ 'ਤੇ ਆ ਕੇ ਜਸਟਿਨ ਟਰੂਡੋ ਦੀ ਫੋਟੋ ਪਾ ਦਿੱਤੀ ਅਤੇ ਕੰਗਰੈਚੁਲੇਸ਼ਨਸ ਕਿਹਾ ਕਿ ਹੁਣ ਕੈਨੇਡਾ ਦੀ ਨਵੀਂ ਸਰਕਾਰ ਇੱਕ ਵਾਰ ਫਿਰ ਤੋਂ ਟਰੂਡੋ ਦੀ ਹੀ ਬਣੂਗੀ। ਸੋ ਬਹੁਤ ਖੁਸ਼ੀ ਮੇਰੇ ਖਿਆਲ ਸ਼ਾਇਦ ਕੈਨੇਡੀਅਨਸ ਨੂੰ ਇੰਨੀ ਨਹੀਂ ਹੋਈ ਹੋਣੀ ਜਿੰਨੀ ਪੰਜਾਬੀਆਂ ਨੂੰ ਖੁਸ਼ੀ ਹੋਈ ਹੈ। ਸੋ ਕੀ ਮੰਨਦੇ ਹੋ ਕਿ ਜਿਸ ਤਰ੍ਹਾਂ ਦੀ ਹਵਾ ਪਹਿਲਾਂ ਚੱਲਦੀ ਸੀ ਪੰਜਾਬੀਆਂ ਨੂੰ ਲੈ ਕੇ, ਜਿਸ ਤਰ੍ਹਾਂ ਵੱਡੀ ਤਾਦਾਦ ਵਿੱਚ ਪੰਜਾਬੀਆਂ ਨੂੰ ਵੀਜ਼ਾਸ ਅਪਰੂਵ ਹੋਏ, ਪੰਜਾਬੀ ਵੱਡੀ ਗਿਣਤੀ ਵਿੱਚ ਕੈਨੇਡਾ ਪਹੁੰਚ ਗਏ, ਉੱਥੇ ਜਿਵੇਂ ਤੁਸੀਂ ਦੱਸਿਆ ਕਿ ਰਿਫਿਊਜ਼ੀ ਲੈ ਕੇ ਉੱਥੇ ਪੱਕੇ ਹੋ ਗਏ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਵੀਜ਼ੇ ਇਸੇ ਤਰ੍ਹਾਂ ਮਿਲਦੇ ਰਹਿਣਗੇ? ਦੇਖੋ ਮਨੀਸ਼ ਜੀ, ਇੱਕ ਚੀਜ਼ ਤਾਂ ਫੋਰ ਸ਼ੋਰ ਹੈਗੀ ਹੈ ਕਿ ਜਿਹੜੀ ਇਹ ਗਵਰਨਮੈਂਟ ਹੈ ਲਿਬਰਲਸ, ਇਹ ਇਮੀਗ੍ਰੇਸ਼ਨ ਦੇ ਵੱਲ ਦੀ ਗੱਲ ਕਰਦੀ ਹੈ, ਸਟੂਡੈਂਟ ਵੀਜ਼ਾ ਦੇ ਵੱਲ ਦੀ ਗੱਲ ਕਰਦੀ ਹੈ, ਸੋ ਫੇਵਰ 'ਚ ਹੈ। ਸੈਕਿੰਡਲੀ ਜਸਟਿਨ ਟਰੂਡੋ ਦੀ ਜੇ ਗੱਲ ਕਰ ਲਈਏ, ਜਦੋਂ ਇਹਦੇ ਫਾਦਰ ਵੀ 1980-1984 ਦੀ ਗੱਲ ਕਰ ਲਈਏ, ਇਹਦੇ ਫਾਦਰ ਪ੍ਰਾਈਮ ਮਿਨਿਸਟਰ ਸੀਗੇ, ਉਦੋਂ ਵੀ ਪੰਜਾਬ ਤੋਂ ਵੱਡੇ ਲੈਵਲ ਦੇ ਉੱਤੇ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਗਏ ਸੀ। ਸੋ ਇੱਕ ਮਾਈਂਡ ਸੈੱਟ ਉਸ ਪਾਰਟੀ ਦਾ ਔਰ ਉਸ ਪਾਰਟੀ ਦੇ ਲੀਡਰ ਦਾ ਜਿਹੜਾ ਉਹ ਇਮੀਗ੍ਰੇਸ਼ਨ ਨੂੰ ਫੇਵਰ ਕਰਦਾ, ਸੋ ਮੇਜਰਲੀ ਇਹ ਚੀਜ਼ ਉੱਦਾਂ ਹੀ ਚੱਲਦੀ ਰਹਿਣੀ ਚਾਹੀਦੀ ਹੈ। ਬਟ ਜਿੱਦਾਂ ਕਿ ਤੁਸੀਂ ਦੇਖਿਆ ਕਿ ਕੋਈ ਵੀ ਗਵਰਨਮੈਂਟ ਪਾਲਿਸੀ ਬਣਾਉਣ ਨੂੰ ਜਾਂ ਪਾਲਿਸੀ ਚੇਂਜ ਕਰਨ ਨੂੰ ਸਰਕਾਰ ਨੂੰ ਟਾਈਮ ਨਹੀਂ ਲੱਗਦਾ। ਜਿਵੇਂ ਰੀਸੈਂਟ ਇੱਕ ਇੰਸੀਡੈਂਟ ਦੀ ਗੱਲ ਕਰ ਲਵਾਂ, ਹਰ ਜਗ੍ਹਾ ਪਲਾਸਟਿਕ ਯੂਜ਼ ਹੁੰਦਾ, ਹੁਣ ਆਪਣੇ ਮੁਹਿੰਮ ਚੱਲ ਗਈ ਕਿ ਪਲਾਸਟਿਕ ਬੰਦ ਕਰ ਦਿਓ, ਬਹੁਤ ਸਾਰੀ ਫਾਸਟ ਫੂਡ ਚੇਨਸ ਨੇ ਪਲਾਸਟਿਕ ਯੂਜ਼ ਕਰਨਾ ਬੰਦ ਕਰਤਾ। ਮੈਂ ਰੀਸੈਂਟਲੀ ਟਰੈਵਲ ਕਰ ਰਿਹਾ ਸੀਗਾ ਅਤੇ ਕਿਸੇ ਫਾਸਟ ਫੂਡ ਚੇਨ ਤੋਂ ਡਰਾਈਵ ਥਰੂ ਕੱਢ ਰਿਹਾ ਅਤੇ ਮੈਂ ਉਹਨਾਂ ਤੋਂ ਕੋਕ ਲੈ ਲਈ, ਕੋਕ ਤਾਂ ਉਹਨਾਂ ਨੇ ਗਲਾਸ ਦੇ ਵਿੱਚ ਦੇ ਦਿੱਤੀ ਤੁਹਾਨੂੰ, ਜਿਹੜਾ ਉੱਪਰ ਉਹਦੇ ਲਿਡ ਹੁੰਦਾ ਪਲਾਸਟਿਕ ਦਾ ਜਾਂ ਸਟਰੋ ਪਲਾਸਟਿਕ ਦੀ ਆ, ਉਹ ਨਹੀਂ ਦਿੱਤੀ। ਉਹ ਕਹਿੰਦੇ ਜੀ ਇਹ ਬੰਦ ਹੋ ਗਈ ਪਿੱਛੋਂ ਦੀ ਕਿਉਂਕਿ ਸਰਕਾਰ ਨੇ ਪਲਾਸਟਿਕ ਦੇ ਉੱਤੇ ਕੁਛ ਨਵੀਂ ਰੂਲਸ ਐਂਡ ਰੈਗੂਲੇਸ਼ਨਸ ਕੱਢ ਦਿੱਤੇ। ਨੋਟਬੰਦੀ 'ਤੇ ਆ ਜਾਈਏ ਕਿ ਨੋਟਬੰਦੀ ਹੋ ਗਈ, ਰਾਤੋਂ ਰਾਤ ਨੋਟ ਬਦਲ ਗਏ, ਰਾਤੋਂ ਰਾਤ ਤੁਹਾਡੀ ਜਿਹੜੀ ਕਰੰਸੀ ਸੀਗੀ ਉਹ ਪੀਸ ਆਫ ਪੇਪਰ ਰਹਿ ਗਏ। ਸੋ ਕੋਈ ਵੀ ਗੌਰਮੈਂਟ ਨੂੰ ਪੋਲਿਸੀ ਬਣਾਉਣ ਲੱਗੇ, ਕਿਸੇ ਵੀ ਸਰਕਾਰ ਨੂੰ ਕੁਛ ਚੇਂਜ ਕਰਨ ਲੱਗੇ, ਇੱਕ ਮਿੰਟ ਦਾ ਟਾਈਮ ਲੱਗਦਾ। ਦੇ ਕੈਨ ਚੇਂਜ ਇਟ ਵੈਨ ਐਵਰ ਵੇਅਰ ਐਵਰ, ਖਾਸ ਕਰ ਜਦੋਂ ਕਿ ਪਿਛਲੀ ਸਰਕਾਰ ਦੇ ਵਿੱਚ ਹੁੰਦੇ ਹੋਏ ਵੀ, ਜੇ ਆਪਾਂ ਅੱਜ ਤੋਂ 6 ਮਹੀਨੇ ਪਿੱਛੇ ਚੱਲ ਜਾਈਏ ਤੇ GIC ਦੀ ਗੱਲ ਹੋ ਰਹੀ ਸੀ ਬਾਰ ਬਾਰ ਕਿ ਇਹ $20,000 ਤੇ ਜਾਏਗੀ। ਹੁਣ ਜਦੋਂ ਗਵਰਨਮੈਂਟ ਰਿਪੀਟ ਹੋਈ ਹੈ, ਜਿਹੜੀ ਗਵਰਨਮੈਂਟ ਇਸ ਬਾਰੇ ਗੱਲ ਕਰ ਰਹੀ ਸੀ, ਹੋ ਸਕਦਾ ਇਹ $20,000 ਅੱਜ ਤੋਂ 2 ਮਹੀਨੇ ਬਾਅਦ 3 ਮਹੀਨੇ ਬਾਅਦ ਦੁਬਾਰਾ ਇੰਪਲੀਮੈਂਟੇਸ਼ਨ ਦੇ ਵਿੱਚ ਆ ਜਾਏ, ਦੁਬਾਰਾ ਡਿਸਕਸ਼ਨਸ ਦੇ ਵਿੱਚ ਆ ਜਾਏ, ਕਿਉਂਕਿ $10,000 ਸਾਲ ਦਾ ਉਹਦੇ ਵਿੱਚ ਸਟੂਡੈਂਟ ਦਾ ਅੱਜ ਦੀ ਡੇਟ ਦੇ ਵਿੱਚ ਕੈਨੇਡਾ 'ਚ ਗੁਜ਼ਾਰਾ ਨਹੀਂ ਹੁੰਦਾ। ਸਟੂਡੈਂਟ ਜਾਂਦਾ, ਜਾ ਕੇ ਉਹਨੂੰ ਕੰਮ ਕਰਨਾ ਪੈਂਦਾ। GIC ਸ਼ੁਰੂ ਹੀ ਇਸੇ ਕਰਕੇ ਹੋਈ ਸੀ, ਪੈਸੇ ਇਸੇ ਕਰਕੇ ਸ਼ੁਰੂ ਹੋਏ ਸੀ ਕਿ ਸਟੂਡੈਂਟ ਨੂੰ ਆਪਣੀ ਰੋਜ਼ਮਰ੍ਰਾ ਦੀ ਜਿਹੜੇ ਖਰਚੇ ਹੈਗੇ ਉਹਦੇ ਕਰਕੇ ਕੋਈ ਪੈਸੇ ਇੰਡੀਆ ਤੋਂ ਨਾ ਮੰਗਾਉਣੇ ਪੈਣ, ਉਹ ਕੰਮ ਦੇ ਉੱਤੇ ਡਿਪੈਂਡੈਂਟ ਨਾ ਰਹੇ। ਸੋ ਚੇਂਜਸ ਜੀ, ਮਾਫ ਕਰਨਾ ਤੇ ਰੁਕਿਆ, ਕਿਊਬਿਕ ਸਰਕਾਰ ਨੇ ਥੋੜਾ ਚੇਂਜ ਕਰ ਦਿੱਤਾ ਆਲਰੇਡੀ, ਜਿਹੜਾ ਬੱਚਾ ਇਥੋਂ ਪੜਨ ਜਾ ਰਿਹਾ ਕਿਊਬਿਕ ਦੇ ਵਿੱਚ ਜਾ ਰਿਹਾ, ਉੱਥੋਂ ਦੀ ਸਰਕਾਰ ਮੇਰੇ ਖਿਆਲ 700-800 ਜਿਹੜੀ ਹੈ ਡਾਲਰ ਆ ਉਹ ਬੱਚੇ ਨੂੰ ਸ਼ਾਇਦ ਦੇ ਰਹੀ ਹੈ, ਇਸੇ ਕਰਕੇ ਇੱਕ ਬੱਚੇ ਦਾ ਗੁਜ਼ਾਰਾ ਨਹੀਂ ਹੋ ਰਿਹਾ। ਨਹੀਂ, ਉਹ ਸਰਕਾਰ ਜਿਹੜੀ ਹੈ ਕਿਊਬਿਕ ਜਿਹੜਾ ਪ੍ਰੋਵਿੰਸ ਆ, ਇਟ ਇਜ਼ ਬੇਸਿਕਲੀ ਅ ਫ੍ਰੈਂਚ, ਇਟ ਵਾਜ਼ ਅ ਫ੍ਰੈਂਚ ਟੈਰੀਟਰੀ। ਪਿੱਛੇ ਜੇ ਇੱਕ ਰੈਫਰੈਂਡਮ ਵੀ ਹੋਇਆ ਸੀ ਜਿਹਦੇ ਵਿੱਚ ਕਿਊਬਿਕ ਨੇ ਅਲੱਗ ਹੋਣ ਦੀ ਗੱਲ ਕੀਤੀ ਸੀਗੀ। ਅੱਜ ਆਪਾਂ ਬ੍ਰੈਕਸਿਟ ਕਹਿੰਦੇ ਕਿ UK ਯੂਰੋਪੀਅਨ ਯੂਨੀਅਨ ਤੋਂ ਵੱਖਰਾ ਹੋ ਗਿਆ, ਇਸੇ ਤਰ੍ਹਾਂ ਕਿਊਬਿਕ ਨੇ ਅੱਜ ਤੋਂ ਆਈ ਥਿੰਕ ਅਪਰੋਕਸੀਮੇਟਲੀ 3-4 ਸਾਲ ਪਹਿਲਾਂ ਕੈਨੇਡਾ ਤੋਂ ਵੱਖ ਹੋ ਕੇ ਇੱਕ ਵੱਖਰੀ ਕੰਟਰੀ ਬਣਨ ਦੇ ਉੱਤੇ ਰੈਫਰੈਂਡਮ ਚੱਲਿਆ ਸੀਗਾ, ਜੋ ਕਿ ਕਿਊਬਿਕ ਨਹੀਂ ਬਣ ਸਕਿਆ, ਉਹ ਫੇਲ ਹੋ ਗਿਆ, ਇਟ ਫੇਲਡ ਵੈਰੀ ਬੈਡਲੀ। ਬਟ ਕਿਊਬਿਕ ਇਜ਼ ਅ ਫ੍ਰੈਂਚ ਡੋਮੀਨੈਂਟ ਟੈਰੀਟਰੀ, ਔਰ ਕਿਊਬਿਕ ਦੇ ਜੇ ਰੂਲਸ ਵੀ ਦੇਖੀਏ, ਚਾਹੇ ਉਹ CAQ ਹੈ ਚਾਹੇ ਹੋਰ ਚੀਜ਼ਾਂ, ਬਾਕੀ ਸਾਰੇ ਕੈਨੇਡਾ ਨਾਲੋਂ ਵੱਖਰੀਆਂ। ਸੋ ਕਿਊਬਿਕ ਸਰਕਾਰ ਜਿਹੜੀ ਹੈਗੀ ਹੈ, ਬੱਚਾ ਜਿਹੜਾ ਕਿਊਬਿਕ ਦੇ ਵਿੱਚ ਪੜ੍ਹਨ ਜਾਂਦਾ ਉਹਨੂੰ ਫ੍ਰੈਂਚ ਪੜ੍ਹਨ ਦੇ ਪੈਸੇ ਮਿਲ ਰਹੇ ਆ। ਉੱਥੇ ਹਰ ਬੱਚੇ ਨੂੰ ਪੜ੍ਹਾਈ ਕਰਨ ਵਾਲੇ ਨੂੰ ਹਰੇਕ ਨੂੰ ਪੈਸੇ ਨਹੀਂ ਮਿਲ ਰਹੇ, ਜਾਂ
ਕਿਸੇ ਵੀ ਡੀ ਕਿਊ ਜਾਂ ਏਸੀ ASQ ਕਿਸੇ ਵੀ ਕੋਰਸ ਦੇ ਵਿੱਚ ਬੱਚਾ ਪੜ੍ਹਦਾ ਉਹ ਨੋਰਮਲ ਪੜ੍ਹਾਈ ਹੈ ਜਿੱਦਾਂ ਕਿ ਬਾਕੀ ਪ੍ਰੋਵਿੰਸਿਸ ਦੇ ਵਿੱਚ ਹੈ। ਇਫ ਦਾ ਸਟੂਡੈਂਟ ਇਜ਼ ਵਿਲਿੰਗ ਟੂ ਸਟੱਡੀ ਫਰੈਂਚ ਕਿ ਮੈਂ ਫਰੈਂਚ ਕਲਾਸਿਸ ਲਾਊਂਗਾ, ਉਸ ਫਰੈਂਚ ਕਲਾਸਾਂ ਲਾਉਣ ਦੇ ਪੈਸੇ ਵੀ ਗੌਰਮੈਂਟ ਦਿੰਦੀ ਹੈ ਔਰ ਸਟੂਡੈਂਟ ਨੂੰ ਵੀ ਉਹਦੇ ਬਤੌਰ ਕੁਛ ਪੈਸੇ ਦਿੱਤੇ ਜਾਂਦੇ। ਸੋ ਹਰ ਸਟੂਡੈਂਟ ਨੂੰ ਉਹ ਪੈਸਾ ਨਹੀਂ ਮਿਲਦਾ ਜੀ। ਸੋ ਹੁਣ ਜਿਹੜੇ ਪੰਜਾਬੀ ਆਪਾਂ ਬੱਚਿਆਂ ਦੀ ਗੱਲ ਕੀਤੀ ਜਾਂ ਪੇਰੈਂਟਸ ਦੀ ਗੱਲ ਕੀਤੀ, ਬਹੁਤ ਸਮੇਂ ਤੋਂ ਉਡੀਕ ਕਰ ਰਹੇ ਸੀ ਇਲੈਕਸ਼ਨ ਦੀ ਕਿ ਇਲੈਕਸ਼ਨ ਹੋ ਜਾਣ, ਇਲੈਕਸ਼ਨ ਦਾ ਰਿਜ਼ਲਟ ਦੇਖੀਏ, ਉਸ ਤੋਂ ਬਾਅਦ ਹੀ ਅਸੀਂ ਬੱਚਿਆਂ ਦੀ ਫਾਈਲਾਂ ਲਾਈਏ ਜੀ। ਸੋ ਹੁਣ ਇੱਕ ਵਾਰ ਫਿਰ ਤੋਂ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੋਲੀਜਨ ਗਵਰਨਮੈਂਟ ਬਣ ਰਹੀ ਹੈ, ਗਠਬੰਧਨ ਸਰਕਾਰ ਬਣੂਗੀ, ਉੱਥੇ ਵੀ ਜੀ ਟਰੂਡੋ ਇੱਕ ਵਾਰ ਫਿਰ ਤੋਂ ਸੱਤਾ ਦੇ ਵਿੱਚ ਆਉਣਗੇ, ਜਿਹੜੇ ਬੱਚਿਆਂ ਨੇ ਫਾਈਲਾਂ ਰੋਕੀਆਂ ਹੋਈਆਂ ਸੀ ਕੈਨੇਡਾ ਲਾਉਣ ਤੋਂ ਕਿ ਚਲੋ ਇੱਕ ਵਾਰ ਇਲੈਕਸ਼ਨ ਵੇਲੇ ਫਿਰ ਫਾਈਲਾਂ ਲੈ, ਕੀ ਹੁਣ ਲੱਗਦਾ ਕਿ ਸਮਾਂ ਹੈ ਕਿ ਫਾਈਲਾਂ ਲਾ ਦਿੱਤੀਆਂ ਜਾਣ, ਹੁਣ ਇੰਟੇਕ ਕਰਾਇਆ ਮਿਲੇਗਾ ਬੱਚਿਆਂ ਨੂੰ? ਦੇਖੋ ਮਨੀ ਜੀ, ਇਹ 'ਚ ਤਾਂ ਮੈਂ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜੇ ਕੋਈ ਬੱਚਾ ਫਾਈਲ ਆਪਣੀ ਰੋਕ ਕੇ ਬੈਠਾ, ਜੇ ਤੁਸੀਂ ਆਪਣੀ ਫਾਈਲ ਰੱਖ ਕੇ ਬੈਠੇ ਹੋ ਆਪਣੇ ਕੋਲ ਕਿ ਮੈਂ ਇਲੈਕਸ਼ਨ ਦੇਖੂੰਗਾ, ਮੈਂ ਰੂਲ ਚੇਂਜ ਦੇਖੂੰਗਾ, ਉਸ ਤੋਂ ਬਾਅਦ ਅਪਲਾਈ ਕਰੂੰਗਾ, ਮੈਂ ਜਨਵਰੀ ਇਨਟੇਕ ਦੀ ਜਦੋਂ ਡੈਡਲਾਈਨ ਆਜੂਗੀ ਨਾ ਉਦੋਂ ਜਾ ਕੇ ਅਪਲਾਈ ਕਰੂੰਗਾ, ਸੋ ਬਿਨਾਂ ਵੀਜ਼ਾ ਅਪਲਾਈ ਕੀਤੇ ਵੀ ਕਦੀ ਕਿਸੇ ਨੂੰ ਵੀਜ਼ਾ ਮਿਲਿਆ? ਜਦੋਂ ਤੱਕ ਤੁਸੀਂ ਵੀਜ਼ਾ ਅਪਲਾਈ ਨਹੀਂ ਕਰੋਗੇ, ਜਦੋਂ ਤੱਕ ਫਾਈਲ ਹਾਈ ਕਮਿਸ਼ਨ 'ਚ ਨਹੀਂ ਜਾਊਗੀ, ਹੁਣ ਕੈਨੇਡੀਅਨ ਹਾਈ ਕਮਿਸ਼ਨ ਤੋਂ ਤਾਂ ਵੀਜ਼ਾ ਆਫੀਸਰ ਤੁਹਾਡੇ ਘਰ ਆਉਣਾ ਆ ਕੇ ਕਹਿਣ ਹੋ ਰਿਹਾ ਕਿ ਭਾਈ ਆਪਣੀ ਫਾਈਲ ਦੇ ਦੇ, ਮੈਂ ਤੇਰਾ ਵੀਜ਼ਾ ਆ ਕੇ ਤੈਨੂੰ ਦੇਣਾ, ਹੈ ਨਾ? ਸੋ ਅਲਟੀਮੇਟਲੀ ਵੀਜ਼ਾ ਤਾਂ ਤੁਹਾਨੂੰ ਜਦੋਂ ਅਪਲਾਈ ਕਰੋਗੇ ਤਾਂ ਵੀਜ਼ਾ ਮਿਲਣਾ। ਬੜਾ ਰੈਗੂਲਰ ਰੋਜ਼ ਦੀ ਕਾਊਂਸਲਿੰਗ ਦੇ ਵਿੱਚ ਸਟੂਡੈਂਟਸ ਨੂੰ ਮਿਲਦਾ ਵਾ, ਸਟੂਡੈਂਟਸ ਬਹੁਤ ਸਾਰੇ ਸਟੂਡੈਂਟਸ ਇਹ ਸਵਾਲ ਪੁੱਛਦੇ ਆ, ਭਾਜੀ ਜਨਵਰੀ ਇਨਟੇਕ ਲਈ ਅਪਲਾਈ ਕਰਨ ਦੀ ਲਾਸਟ ਕਦੋਂ ਤੱਕ ਕਰ ਸਕਦਾ? ਬੜਾ ਸਿੰਪਲ ਸਵਾਲ ਹੈ ਯਾਰ, ਜੇ ਤੁਸੀਂ ਅਪਲਾਈ ਕਰਨਾ ਹੀ ਹੈ ਤਾਂ ਤੁਸੀਂ ਉਹ ਲਾਸਟ ਡੇਟ ਦੀ ਉਡੀਕ ਕਿਉਂ ਕਰਦੇ ਪਏ ਹੋ ਕਿ ਮੈਂ ਬਿਲਕੁਲ ਬਾਰਡਰ ਤੇ ਜਾ ਕੇ ਹੀ ਅਪਲਾਈ ਕਰਨਾ? ਫਿਰ ਕਿਤੇ ਨਾ ਕਿਤੇ ਕੋਈ ਡੈਡਲਾਈਨ ਨਾ ਮੀਟ ਹੋਈ, ਆਫਰ ਲੈਟਰ ਡਿਲੇ ਹੋ ਗਈ, GIC ਅਕਾਊਂਟ ਦੇ ਵਿੱਚ ਪ੍ਰੋਬਲਮ ਆ ਗਈ, GIC ਰਿਸੀਟ ਨਾ ਆਈ, ਕਿਸੇ ਵੀ ਰੀਜ਼ਨ ਕਰਕੇ ਤੁਸੀਂ ਉਹ ਜਿਹੜਾ 2-4 ਦਿਨ ਦਾ ਆਪਣੇ ਆਪ ਨੂੰ ਬਫਰ ਦਿੱਤਾ ਉਹ ਨਿਕਲ ਗਿਆ, ਤਾਂ ਤੁਸੀਂ ਜਨਵਰੀ ਤੋਂ ਫਿਰ ਅੱਗੇ ਮਈ ਤੋਂ ਅੱਗੇ ਸਪਟੰਬਰ, ਬਹੁਤ ਸਾਰੇ ਸਟੂਡੈਂਟ ਦੇਖਿਆ ਜੀ ਆਫਰ ਲੈਟਰ ਉਡੀਕ ਰਹੇ ਆ, 4-4 ਮਹੀਨੇ ਹੋ ਗਏ ਆਫਰ ਲੈਟਰ ਆ ਗਈ, ਤਾਂ ਉਸ ਤੋਂ ਬਾਅਦ ਉਹ ਆਫਰ ਲੈਟਰ ਕੈਂਸਲ ਹੋ ਜਾਂਦੀ ਹੈ, ਫੀਸ ਦਿੱਤੀ ਹੈ ਤਾਂ ਸਟੂਡੈਂਟ ਉੱਥੇ ਜਾ ਕੇ ਕਹਿੰਦੇ ਅਸੀਂ ਬੱਚੇ ਬਹੁਤ ਜ਼ਿਆਦਾ ਲਏ। ਸੋ ਬਹੁਤ ਸਾਰੀਆਂ ਪ੍ਰੋਬਲਮਸ ਨੇ, ਜੇ ਤੁਸੀਂ ਅਪਲਾਈ ਕਰਨਾ, ਜੇ ਤੁਸੀਂ ਕੈਨੇਡਾ ਜਾਣਾ, ਦਾ ਟਾਈਮ ਇਜ਼ ਨਾਓ, ਜਾਂ ਤਾਂ ਹੁਣੇ ਕਰ ਲਓ, ਨਹੀਂ ਤਾਂ ਤੁਸੀਂ ਜੀ ਮੈਂ ਡੈਡਲਾਈਨ ਜਦੋਂ ਆਊਗੀ ਲਾਸਟ ਕਦੋਂ ਤੱਕ ਕਰ ਸਕਦੇ ਹਾਂ, ਜਦੋਂ ਸਾਰੀਆਂ ਸੀਟਾਂ ਭਰ ਜਾਣ, ਜਦੋਂ ਹਰ ਕਾਲਜ ਦੇ ਕੋਲ ਕਵੇ, ਇੱਕ ਕਾਲਜ ਕਵੇ ਕਿ ਮੇਰੇ ਕੋਲ ਹੁਣ ਗੁੰਜਾਇਸ਼ ਨਹੀਂ ਬੱਚਾ ਲੈਣ ਦੀ, ਤੁਸੀਂ ਉਸ ਟਾਈਮ ਦਾ ਜੇ ਇੰਤਜ਼ਾਰ ਕਰਦੇ ਰਹੋਗੇ, ਫਿਰ ਬਹੁਤ ਵਧੀਆ ਦੇਸ਼ ਹੈ ਇੰਡੀਆ, ਫਿਰ ਆਰਾਮ ਨਾਲ ਇੱਥੇ ਰਹੋ ਜੀ। ਸੋ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਓਮ ਗਲੋਬਲ ਦੇ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਅੱਜ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਇਸ ਮੰਚ 'ਤੇ। ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੁੰਦੇ ਹੋ ਕਨੇਡਾ ਜਾਣ ਸੰਬੰਧੀ, ਤਾਂ TV ਸਕਰੀਨ 'ਤੇ ਅਸੀਂ ਇੱਕ ਨੰਬਰ ਚਲਾ ਰਹੇ ਹਾਂ, ਉਸ ਨੰਬਰ 'ਤੇ ਕਾਲ ਕਰ ਸਕਦੇ ਹੋ ਔਰ ਕਾਲ ਕਰਕੇ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ ਓਮ ਗਲੋਬਲ ਦੇ ਵੀਜ਼ਾ ਐਕਸਪਰਟਸ ਨਾਲ। ਸੋ ਖਾਨਾ ਸਾਹਿਬ, ਅਕਸਰ ਜਦੋਂ ਤੁਹਾਨੂੰ ਮਿਲਦੇ ਹਾਂ, ਤੁਹਾਡੇ ਫੇਸਬੁੱਕ 'ਤੇ ਵੀ ਕੁਛ ਇੱਕ ਬਾਈਟਸ ਦੇਖੀਆਂ, ਇੰਸਟਾਗ੍ਰਾਮ 'ਤੇ ਦੇਖੀਆਂ, ਔਰ ਤੁਸੀਂ ਬੜੇ ਮਾਣ ਦੇ ਨਾਲ ਕਹਿੰਦੇ ਹੋ, ਬੜੇ ਕੌਨਫੀਡੈਂਸ ਨਾਲ ਕਹਿੰਦੇ ਹੋ ਕਿ ਜਦੋਂ ਵੀ ਬੱਚਾ ਤੁਹਾਡੇ ਨਾਲ ਕੋਲ ਆਉਂਦਾ ਹੈ, 6 ਬੈਂਡ ਵਾਲਾ ਬੱਚਾ ਕਿਸੇ ਇੱਕ ਮੋਡਿਊਲ 'ਚੋਂ, ਸਾਡੇ 5 ਬੈਂਡ ਆ ਜੀ, ਅਤੇ ਉਹ ਬੱਚਾ 15-20 ਦਿਨ 'ਚ ਕੈਨੇਡਾ ਜਾ ਸਕਦਾ ਜੀ। ਸੋ ਜਦੋਂ ਦੂਜੇ ਕੰਸਲਟੈਂਟ ਦੀਆਂ ਗੱਲਾਂ ਸੁਣਦੇ ਹਾਂ ਤਾਂ ਉਹ ਕਹਿੰਦੇ ਕਿ ਸਿਰਫ ਜਨਵਰੀ ਇਨਟੇਕ ਆ, ਮਈ ਇਨਟੇਕ ਅਤੇ ਸਤੰਬਰ ਇਨਟੇਕ ਆ, 3 ਇਨਟੇਕ ਹੀ ਆ। ਹੁਣ ਜੇ ਮਈ ਇਨਟੇਕ ਤੋਂ ਬਾਅਦ ਜੂਨ ਦੇ ਵਿੱਚ ਬੱਚਾ ਆ ਜਾਵੇ ਤਾਂ ਪੋਸੀਬਿਲਿਟੀ ਬਣਦੀ ਨਹੀਂ ਕਿ 15 ਦਿਨ 'ਚ ਬੱਚੇ ਨੂੰ ਆਫਰ ਲੈਟਰ ਮਿਲ ਜਾਵੇ, GIC ਕੋਲ ਜੇ ਵੀਜ਼ਾ ਅਪਲਾਈ ਕਰਕੇ ਵੀਜ਼ਾ ਆ ਜਾਵੇ, ਬੱਚਾ ਟਰੈਵਲ ਕਰ ਜਾਵੇ ਜੀ। ਸੋ ਤੁਸੀਂ ਕਿਵੇਂ ਇੰਨੀ ਛੇਤੀ ਛੇਤੀ ਆਫਰ ਲੈਟਰ ਮੰਗਵਾ ਕੇ GIC ਕਲਾ ਕੇ 15-20 ਦਿਨ ਦੇ ਵਿੱਚ ਬੱਚੇ ਨੂੰ ਕੈਨੇਡਾ ਭੇਜ ਦਿੰਦੇ ਹੋ? ਦੇਖੋ ਮਨੀ ਜੀ, ਅੱਜ ਦੀ ਡੇਟ ਦੇ ਵਿੱਚ ਜਿਹੜਾ ਸਟੂਡੈਂਟ ਆਉਂਦਾ ਪੰਜਾਬ ਤੋਂ, ਜਿਹੜਾ ਸਟੂਡੈਂਟ ਜਾਂਦਾ, ਜਾਂ ਤਾਂ ਉਹ ਇਹੀ ਆ ਜਿਹੜਾ ਡੈਡਲਾਈਨ ਉਡੀਕਦਾ, ਜਾਂ ਸਟੂਡੈਂਟ ਉਹ ਆ ਜਿਹੜਾ ਆ ਕੇ ਕਹਿੰਦਾ ਆ ਰੇ ਮੇਰੇ ਕਾਗਜ਼, ਮੈਂ ਜਲਦੀ ਤੋਂ ਜਲਦੀ ਕੈਨੇਡਾ ਪਹੁੰਚਣਾ। ਜਦੋਂ ਇਹ ਸਾਰੀਆਂ ਆਪਸ਼ਨ ਸਟੂਡੈਂਟ ਦੇ ਸਾਹਮਣੇ ਹੁੰਦੀਆਂ, ਉਹ ਸਟੂਡੈਂਟ ਨੂੰ ਪਤਾ ਹੁੰਦਾ ਕਿ ਉਹਦਾ ਰੀਜ਼ਨ ਕੀ ਆ ਜਾਣ ਦਾ, ਜਿੰਨੀ ਦੇਰ ਤੱਕ ਤਾਂ ਸਟੂਡੈਂਟ ਇਹ ਕਹਿ ਜਾਊਗਾ ਜੀ ਮੈਂ ਪੜ੍ਹਨ ਜਾਣਾ, ਮੈਂ ਪੜ੍ਹਾਈ ਕਰਨ ਜਾਣਾ, ਮੈਂ ਪੜ੍ਹਾਈ ਕਰਨ ਜਾਣਾ, ਪੜ੍ਹਾਈ ਤਾਂ ਇੱਥੇ ਵੀ ਬਹੁਤ ਵਧੀਆ ਹੋ ਜਾਂਦੀ ਹੈ, ਔਰ
ਉਹ ਸਟੂਡੈਂਟ ਜਿਹਦੇ ਓਵਰਆਲ 5.5 ਬੈਂਡ ਹੈ ਜਾਂ 1 'ਚ 5 ਬੈਂਡ ਹੈ ਜਾਂ ਉਹ ਸਟੂਡੈਂਟ ਜਿਹੜਾ ਬੜੀ ਮੁਸ਼ਕਲ ਨਾਲ ਪਲੱਸ ਟੂ ਪਾਸ ਕੀਤੀ ਹੈ 45%, 48%, 52% ਨੰਬਰਾਂ ਨਾਲ ਪਾਸ ਹੋਇਆ, ਜਦੋਂ ਆ ਗਿਆ ਤਾਂ ਮੈਂ ਪੜ੍ਹਾਈ ਨੂੰ ਲੈ ਕੇ ਬਹੁਤ ਸੀਰੀਅਸ, ਉਹ ਸੀਰੀਅਸਨੈਸ ਤਾਂ ਉਹਦੇ ਡਾਕੂਮੈਂਟ 'ਚ ਦਿਖ ਰਹੀ ਹੈ, ਹੈ ਨਾ। ਸੋ ਸਟੂਡੈਂਟ ਦਾ ਜਾਣ ਦਾ ਜਿਹੜਾ ਮੋਟਿਵ ਹੈ, ਜਿਹੜਾ ਰੀਜ਼ਨ ਹੈ, ਉਹ ਉਸ ਸਟੂਡੈਂਟ ਨੂੰ ਵੀ ਪਤਾ ਔਰ ਉਹਦੀ ਕਾਊਂਸਲਿੰਗ ਕਰਦੇ ਹੋਏ ਉਸ ਕੰਸਲਟੈਂਟ ਨੂੰ ਵੀ ਪਤਾ ਕਿ ਕਿਉਂ ਜਾਣਾ ਚਾਹੁੰਦਾ। ਸੋ ਰਾਦਰ ਦੈਨ ਵੇਸਟਿੰਗ ਹਿਸ ਟਾਈਮ, ਰਾਦਰ ਦੈਨ ਵੇਸਟਿੰਗ ਆਰ ਟਾਈਮ, ਜਿਵੇਂ ਕਿ ਮੈਂ ਤੁਹਾਨੂੰ ਕਿਹਾ ਕਿ ਪੋਲਿਸੀ ਚੇਂਜ ਕਰਨਾ ਕਿਸੇ ਵੀ ਗੌਰਮੈਂਟ ਲਈ, ਕਿਸੇ ਵੀ ਕੰਟਰੀ 'ਚ, ਕਿਸੇ ਵੀ ਸਰਕਾਰ ਲਈ 1 ਮਿੰਟ ਦਾ ਕੰਮ ਹੈ। ਇਸ ਤੋਂ ਪਹਿਲਾਂ ਕਿ ਸਟੂਡੈਂਟ ਦੀਆਂ ਫਾਈਲਾਂ ਅੰਬੈਸੀ ਦੇ ਵਿੱਚ ਹੀ ਰਹਿ ਜਾਣ, ਇਸ ਤੋਂ ਪਹਿਲਾਂ ਸਟੂਡੈਂਟ ਜੀ ਆਈ ਸੀ ਅਕਾਊਂਟ ਹੀ ਉਡੀਕਦਾ ਰਹਿ ਜੇ, ਬਿਕੋਜ਼ ਯੂ ਲਿਵ ਇਨ ਟੂਡੇ, ਕੱਲ ਕੀ ਹੋਣਾ ਅਤੇ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ। ਅੱਜ ਤੋਂ ਪਿੱਛੇ ਚੱਲ ਜਾਈਏ, 2008 ਦੇ ਵਿੱਚ ਆਸਟ੍ਰੇਲੀਆ ਦੇ ਵੀਜ਼ੇ ਵੈਟ ਦੇ ਵਿੱਚ ਬੜੇ ਵਧੀਆ ਵੀਜ਼ੇ ਲੱਗ ਰਹੇ ਸੀ, ਇੱਕਦਮ ਵੀਜ਼ੇ ਲੱਗਣੇ ਬੰਦ ਹੋ ਗਏ। ਯੂਕੇ ਦੀ ਗੱਲ ਕਰ ਲਈਏ, 2009 ਦੇ ਵਿੱਚ ਟਾਇਰ 4 ਸ਼ੁਰੂ ਕੀਤਾ ਇਹਨਾਂ ਨੇ, ਬੜੇ ਵਧੀਆ ਵੀਜ਼ੇ ਲੱਗਦੇ ਰਹੇ, ਇੱਕਦਮ ਚੁੱਕ ਕੇ ਵੀਜ਼ੇ ਰਿਫਿਊਜ਼ ਕਰਦੇ। ਜਦੋਂ ਕਿਸੇ ਕੰਟਰੀ ਨੇ ਕੋਈ ਪੋਲਿਸੀ ਚੇਂਜ ਕਰਨੀ ਹੁੰਦੀ ਹੈ ਜਾਂ ਵੀਜ਼ੇ ਰੁਕਣੇ ਹੁੰਦੇ ਆ ਵਿਦਆਊਟ ਗਿਵਿੰਗ ਐਨੀ ਇੰਟੀਮੇਸ਼ਨ, ਉਹ ਉਹਨਾਂ ਨੇ ਅਖਬਾਰ 'ਚ ਥੋੜ੍ਹੀ ਕਢਾਉਣਾ ਜੀ ਕੱਲ੍ਹ ਤੋਂ ਵੀਜ਼ੇ ਬੰਦ, ਇੱਦਾਂ ਕਦੀ ਵੀ ਕਿਤੇ ਵੀ ਅਖਬਾਰ 'ਚ ਨਹੀਂ ਛੁੱਪਦਾ। ਜਦੋਂ ਤੁਸੀਂ ਜਦੋਂ ਵੀਜ਼ਾ ਲੱਗ ਰਿਹਾ ਉਦੋਂ ਫਾਈਲ ਅੰਬੈਸੀ ਦੇ ਵਿੱਚ ਪਾਓ, ਤੁਹਾਡਾ ਪ੍ਰੋਫਾਈਲ ਤੁਹਾਡੀ ਅੰਬੈਸੀ ਦੀ ਜਾਂ ਯੂਨੀਵਰਸਿਟੀ ਦੀ ਜਾਂ ਕਾਲਜ ਦੀ ਰਿਕੁਆਇਰਮੈਂਟਸ ਮੈਚ ਕਰਦਾ। ਅੰਬੈਸੀ ਦਾ ਮਾਇੰਡਸੈਟ ਹੈ, ਗਵਰਨਮੈਂਟ ਦਾ ਮਾਇੰਡਸੈਟ ਹੈ ਕਿ ਹਾਂ ਅਸੀਂ ਬੱਚਿਆਂ ਨੂੰ ਐਡਮਿਸ਼ਨ ਦੇਣੀ ਹੈ, ਬੱਚਿਆਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਆਉਣਾ, ਕਿਉਂਕਿ ਆਪਾਂ ਇੱਕ ਗੱਲ ਸਮਝੀਏ, ਉਸ ਕੰਟਰੀ ਲਈ, ਉਸ ਕਾਲਜ ਲਈ, ਉਸ ਯੂਨੀਵਰਸਿਟੀ ਲਈ ਵੀ ਉਹ ਇੱਕ ਬਿਜ਼ਨਸ ਹੈ, ਇੱਕ ਰੈਵਨਿਊ ਸਟ੍ਰੀਮ ਹੈ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਉੱਥੇ ਜਾ ਕੇ ਪੜ੍ਹਦਾ, ਫੀਸਾਂ ਦਿੰਦਾ, ਜੀ ਆਈ ਸੀ ਦੇ ਪੈਸੇ ਦਿੰਦਾ ਉਹਨਾਂ ਦੇ ਬੈਂਕ ਨੂੰ ਬਿਨਾਂ ਵਿਆਜ ਦੇ $10,000, ਹਜ਼ਾਰਾਂ ਹੀ ਲੱਖਾਂ ਹੀ ਬੱਚਾ ਜਾਂਦਾ, ਔਰ $10,000 ਦੇ ਨਾਲ ਮਲਟੀਪਲਾਈ ਕਰ ਲਓ ਕਿ ਕੈਨੇਡਾ ਦੇ ਬੈਂਕਸ ਨੂੰ ਕਿੰਨਾ ਰੈਵਨਿਊ ਉਹਨਾਂ ਬੱਚਿਆਂ ਤੋਂ ਹੈਗਾ, ਔਰ ਉਹ ਕਿੰਨੀ ਕਿੰਨੀ ਦੇਰ, 1-1 ਸਾਲ ਤੱਕ ਉਹ ਰੈਵਨਿਊ ਉਹਨਾਂ ਦੇ ਬੈਂਕਾਂ 'ਚ ਪਿਆ ਰਹਿੰਦਾ, ਜਿਹਦੇ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਂਦਾ ਸਟੂਡੈਂਟ ਨੂੰ। ਫਿਰ ਉਹ ਬੱਚਾ ਉੱਥੇ ਕੰਮ ਕਰੂਗਾ, ਆਪਣਾ ਟੈਕਸ ਕਟਾਊਗਾ, ਟੈਕਸ ਫਿਰ ਉਹ ਗੌਰਮੈਂਟ ਨੂੰ ਜਾਂਦਾ, ਜਦੋਂ ਕੰਮ ਕਰੂਗਾ। ਅੱਜ ਦੀ ਡੇਟ 'ਚ ਕੈਨੇਡਾ ਦੀ ਗੱਲ ਕਰ ਲਈਏ, ਅਨਇੰਪਲੋਇਮੈਂਟ ਇਜ਼ ਐਟ 40 ਈਅਰਸ ਲੋਐਸਟ, ਕੈਨੇਡਾ ਦਾ ਇਹ ਹਾਲ ਹੈ ਕਿ ਪਿਛਲੇ 40 ਸਾਲਾਂ 'ਚ ਵੀ ਇੰਨੀਆਂ ਨੌਕਰੀਆਂ ਨਹੀਂ ਸੀ, ਅੱਜ ਦੀ ਡੇਟ 'ਚ ਇੰਨੀਆਂ ਨੌਕਰੀਆਂ, ਔਰ ਇੱਦਾਂ ਦੇ ਹੀ ਕੁਛ ਰੀਜ਼ਨਸ ਨੇ ਜਿਹਦੇ ਕਰਕੇ ਫਿਰ ਕਿਉਂ ਕੁਛ ਲੋਕ ਉੱਥੇ ਕਹਿ ਰਹੇ ਨੇ ਕਿ ਬੱਚੇ ਜਿਹੜੇ ਪੰਜਾਬੀ ਜਾ ਰਹੇ ਨੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਪਾ ਰਹੀਆਂ, ਆਪਣੀਆਂ ਫੀਸਾਂ ਨਹੀਂ ਕੱਢ ਪਾ ਰਹੇ, ਫੀਸਾਂ ਘਰੋਂ ਮੰਗਵਾਉਣੀਆਂ ਪੈਂਦੀਆਂ, ਜੇ ਅਨਇੰਪਲੋਇਮੈਂਟ 40% ਲੈਸ ਹੈ ਜਾਂ ਅੱਜ ਤੱਕ ਇੰਨੀ ਇੰਪਲੋਇਮੈਂਟ ਨਹੀਂ ਮਿਲੀ ਕੈਨੇਡਾ ਦੇ ਵਿੱਚ, ਸੋ ਇਹ ਕਿਉਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਬੱਚਿਆਂ ਨੂੰ ਫੀਸਾਂ ਨਿਕਲ ਰਹੀਆਂ। ਦੇਖੋ ਮਨੀਸ਼ ਜੀ, ਅੱਜ ਦੀ ਡੇਟ ਦੇ ਵਿੱਚ ਕੋਈ ਇੱਕ ਬੱਚਾ ਮੈਨੂੰ ਕਹਿ ਦੇਵੇ ਕਿ ਮੈਨੂੰ ਕੰਮ ਨਹੀਂ ਮਿਲਦਾ ਪਿਆ, ਮੈਂ ਉਸ ਗੱਲ 'ਤੇ ਯਕੀਨ ਨਹੀਂ ਕਰਾਂਗਾ। 3 ਮਹੀਨੇ 4 ਮਹੀਨੇ ਮੈਂ ਉੱਥੇ ਰਹਿ ਕੇ ਆਇਆ, ਕਿਸੇ ਟਿਮ ਹੋਟਲਸ ਚਲ ਜਾਓ, ਕਿਸੇ ਸਟਾਰਬਕਸ ਚਲ ਜਾਓ, ਕਿਸੇ ਵੀ ਜਗ੍ਹਾ ਚਲ ਜਾਓ, ਹਰ ਜਗ੍ਹਾ ਉਹਨਾਂ ਨੇ ਲਿਖ ਕੇ ਬੋਰਡ ਲਾਏ ਆ, ਬੈਨਰਸ ਲਾਏ ਹੋਏ ਆ, ਵੀ ਆਰ ਹਾਇਰਿੰਗ ਫੁੱਲ ਟਾਈਮ ਪਾਰਟ ਟਾਈਮ। ਉਹਦੇ ਬਾਵਜੂਦ ਜੇ ਬੱਚਾ ਕਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਪਿਆ, ਤਾਂ ਆਈ ਥਿੰਕ ਉਹ ਬੱਚਾ ਹੀ ਕਸੂਰਵਾਰ ਹੈ। ਪਰ ਕਿਤੇ ਇਹ ਉਹ ਬੱਚੇ ਤਾਂ ਨਹੀਂ ਜਿਹੜੇ ਬਿਨਾਂ ਆਈਲਟਸ ਚਲ ਗਏ, 5.5 ਬੈਂਡ ਵਾਲੇ ਚਲ ਗਏ, ਜਿਹਨਾਂ ਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ, ਕਮਿਊਨੀਕੇਸ਼ਨ ਗੈਪ ਹੋ ਰਿਹਾ। ਆਈਲਟਸ ਦੇ ਵਿੱਚ ਕਿੰਨਾ ਸਕੋਰ ਹੈ ਉਸ ਬੱਚੇ ਦਾ, ਇਹ ਕਦੀ ਵੀ ਕਿਤੇ ਨਾ ਕਿਤੇ ਹਾਂ ਲੱਗ ਠੀਕ ਹੈ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੋ ਗਿਆ, ਬਟ ਕਿਤੇ ਨਾ ਕਿਤੇ ਇੰਗਲਿਸ਼ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈ ਜਾਂ ਉੱਥੇ ਜਿਹੜਾ ਕੰਮ ਕਰਨ ਵਾਲਾ ਸਿਸਟਮ ਹੈਗਾ, ਉੱਥੇ ਕਈ ਵਾਰੀ 6.5 ਬੈਂਡ ਵਾਲੇ ਬੱਚੇ ਨੂੰ ਵੀ ਲੱਗਦਾ ਕਿ ਯਾਰ ਮੇਰੇ ਤੋਂ ਤਾਂ ਬੋਲਿਆ ਨਹੀਂ ਜਾਂਦਾ। ਇੰਟਰਵਿਊ ਤੁਹਾਡੀ ਹੋਣੀ ਹੈ, ਰੈਫਰੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਦਾਂ ਦੀ ਕੰਟਰੀਜ਼ ਦੇ ਵਿੱਚ ਕਿ ਤੁਹਾਨੂੰ ਰੈਫਰੈਂਸ ਚੈੱਕ ਦੇ ਨਾਲ ਜੋਬਸ ਮਿਲਦੀਆਂ, ਉਹਦੇ 'ਚ ਇੱਕ ਸਟੂਡੈਂਟ ਜਿਹੜਾ ਆਲਰੇਡੀ ਕੰਮ ਕਰ ਰਿਹਾ ਉਹਦੀ ਜਾਣ ਪਛਾਣ ਕਿਤੇ ਨਾ ਕਿਤੇ ਤੁਹਾਡੇ ਕੰਮ ਆਉਂਦੀ ਆ। ਇੰਪਲੋਇਮੈਂਟ ਐਕਸਚੇਂਜਿਸ ਹੈਗੀਆਂ ਜਿਹੜੀਆਂ ਸਟੂਡੈਂਟਸ ਨੂੰ ਕੰਮ 'ਤੇ ਲਗਵਾਉਂਦੀਆਂ, ਉਹਨੇ ਰੈਗੂਲਰ ਬੇਸਿਸ, ਤੁਸੀਂ ਕਹੋ ਜੀ ਮੈਂ ਡੇਲੀ ਬੇਸਿਸ 'ਤੇ ਜਾਣਾ ਚਾਹੁੰਦਾ, ਮੈਂ ਰੀਸੈਂਟਲੀ ਉੱਥੇ ਦੇਖਿਆ ਕਿ ਮੇਰੇ ਨਾਲ ਕੋਈ ਸਟੂਡੈਂਟ ਸੀਗੇ, ਉਹਨਾਂ ਨੂੰ ਇੰਪਲੋਇਮੈਂਟ ਐਕਸਚੇਂਜ ਤੋਂ ਫੋਨ ਆ ਗਿਆ, ਯਾਰ ਅੱਜ ਸਾਨੂੰ 4 ਜਣਿਆਂ ਦੀ ਲੋੜ ਹੈ, ਔਰ ਉਹਨੇ ਸਟੂਡੈਂਟ ਨੇ ਮੇਰੇ ਸਾਹਮਣੇ 10-15 ਜਣਿਆਂ ਨੂੰ ਫੋਨ ਮਿਲਾ ਲਏ, ਉਹ ਤੋਂ 4 ਬੰਦੇ ਨਹੀਂ ਇਕੱਠੇ ਹੋਏ।
ਕਿ ਉਹੀ ਸਟੂਡੈਂਟ ਜਿਹਨੂੰ ਆਪਾਂ ਕਹਿੰਦੇ ਕਿ ਕੰਮ ਨਹੀਂ ਮਿਲਦਾ ਪਿਆ, ਉਹ 15 ਜਣਿਆਂ ਚੋਂ ਕੋਈ 4 ਜਣੇ ਨਹੀਂ ਇਕੱਠੇ ਹੋਏ ਕਿ ਹਾਂਜੀ ਅੱਜ ਅਸੀਂ ਸ਼ਿਫਟ 'ਤੇ ਜਾਣ ਨੂੰ ਤਿਆਰ ਹੈਗੇ। ਸੋ ਉਹਦੇ ਬਾਵਜੂਦ ਜੇ ਸਟੂਡੈਂਟ ਕਹਿੰਦਾ ਮੇਰੇ ਕੋਲ ਕੰਮ ਨਹੀਂ ਹੈਗਾ, ਉਹਦੇ ਦੋ ਹੀ ਕਾਰਨ ਨੇ ਭਾਈ, ਜਾਂ ਤਾਂ ਉਹ ਕੰਮ ਕਰਨਾ ਹੀ ਨਹੀਂ ਚਾਹੁੰਦਾ। ਹੁਣ ਜਿਹੜਾ ਬੰਦਾ ਇੱਥੋਂ ਕਦੀ ਕੰਮ ਨਹੀਂ ਕੀਤਾ, ਕੁਛ ਨਹੀਂ ਕੀਤਾ, ਉੱਥੇ ਜਾ ਕੇ 4 ਵਾਰੀ ਸੋਚਦਾ ਅੱਛਾ ਮੈਂ ਇਹ ਕੰਮ ਕਰੂੰਗਾ, ਇਹ ਕੰਮ ਤਾਂ ਮੈਨੂੰ ਸੂਟ ਹੀ ਨਹੀਂ ਕਰਦਾ, ਅੱਛਾ ਇਸ ਕੰਮ 'ਚ ਮੈਨੂੰ ਇੰਨੇ ਪੈਸੇ ਮਿਲੂਗੇ, ਬਸ ਇੰਨੇ ਪੈਸੇ ਤਾਂ ਮੈਂ ਉੱਥੇ ਵਿਹਲਾ ਬਹਿ ਕੇ ਕਮਾ ਲੈਂਦਾ ਸੀ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਬਟ ਵਨ ਥਿੰਗ ਇਜ਼ ਫੋਰ ਸ਼ੋਰ, ਕੋਈ ਵੀ ਸਟੂਡੈਂਟ ਜਿਹੜਾ ਇਹਨੂੰ ਦੇਖ ਰਿਹਾ ਹੋਵੇ, ਕੋਈ ਵੀ ਸਟੂਡੈਂਟ ਦਾ ਦੋਸਤ ਮਿੱਤਰ ਕਜ਼ਨ ਭੈਣ ਭਰਾ ਮਾਤਾ ਪਿਤਾ ਜਿਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਬੱਚਾ ਕੈਨੇਡਾ ਉਹਨੂੰ ਜੋਬ ਨਹੀਂ ਮਿਲਦੀ, ਮੈਨੂੰ ਫੋਨ ਕਰ ਲਓ, ਮੈਂ ਤੁਹਾਨੂੰ ਰੈਫਰੈਂਸ ਦੇ ਦਿੰਦਾ, ਉੱਥੇ 4 ਜਣੇ 5 ਜਣੇ ਦੇ ਦਿੰਦਾ, ਦਿਨ ਦੀਆਂ 2-2 3-3 ਸ਼ਿਫਟਾਂ ਬੱਚਿਆਂ ਕੋਲ ਅਵੇਲੇਬਲ ਹੈਗੀਆਂ, ਬਟ ਤੁਹਾਨੂੰ 20 ਘੰਟੇ ਹਫ਼ਤੇ ਦੇ ਕੰਮ ਕਰਨਾ ਅਲਾਊਡ ਹੈ, ਆਪਣੀ ਜੁਰਿਸਡਿਕਸ਼ਨ ਦੇ ਵਿੱਚ ਵੀਜ਼ਾ ਰੂਲਸ ਦੇ ਵਿੱਚ ਰਹਿ ਕੇ ਕੰਮ ਕਰੋ, ਕੋਈ ਸਟੂਡੈਂਟ ਨਹੀਂ ਇੱਦਾਂ ਦਾ ਜਿਹੜਾ ਇਹ ਕਹੇ ਕਿ ਮੈਨੂੰ ਕੰਮ ਨਹੀਂ ਮਿਲਦਾ। ਜੀ ਸੁਭਨੀ ਜੀ, ਇੱਕ ਛੋਟਾ ਸਵਾਲ ਆਖਰੀ ਪੁੱਛਣਾ ਚਾਹਾਂਗਾ, ਉਸ ਤੋਂ ਬਾਅਦ ਪ੍ਰੋਗਰਾਮ ਸਮਾਪਤ ਕਰਾਂਗੇ। ਓਮ ਗਲੋਬਲ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੂੰ ਇਨਵਾਈਟ ਕਰ ਰਿਹਾ, ਕਿਹੋ ਜਿਹੇ ਪ੍ਰੋਫਾਈਲ ਵਾਲੇ ਬੱਚਿਆਂ ਦੇ ਵੀਜ਼ੇ ਓਮ ਗਲੋਬਲ ਲਵਾ ਸਕਦਾ ਹੈ? ਦੇਖੋ, ਫਿਲਹਾਲ ਕੈਨੇਡਾ ਲਈ ਸਭ ਤੋਂ ਪਹਿਲੀ ਸ਼ਰਤ ਜਿਹੜੀ ਹੈਗੀ ਹੈ, IELTS 6 ਓਵਰਆਲ ਬੈਂਡ ਚਾਹੀਦੇ ਆ ਤੁਹਾਡੇ, ਕਿਸੇ ਇੱਕ ਮੋਡਿਊਲ 'ਚ 5.5 ਬੈਂਡ ਨੇ ਕੋਈ ਪ੍ਰੋਬਲਮ ਨਹੀਂ। ਬਹੁਤ ਸਾਰਾ ਕੁਛ ਲੋਕ ਅੱਜ ਵੀ ਆ ਕੇ ਉਹੀ ਸਵਾਲ ਪੁੱਛਦੇ ਆ, ਮੈਂ ਰੀਸੈਂਟਲੀ ਵੀ ਜਿੱਦਣ ਦਾ ਵਾਪਸ ਆਇਆ ਉਦੋਂ ਦਾ ਵੀ 4-5 ਵਾਰੀ ਜਵਾਬ ਦੇ ਚੁੱਕਾ, ਬੱਚਾ ਆ ਕੇ ਪੁੱਛਦਾ ਜਾਂ ਉਹਦੇ ਪੇਰੈਂਟਸ ਪੁੱਛਦੇ, ਇਹਨੂੰ SDS ਕਾਲਜ 'ਚ ਪਾਓਗੇ? SDS ਕਾਲਜ ਨਾਮ ਦੀ ਕੋਈ ਵੀ ਟਰਮ ਨਹੀਂ ਹੈਗੀ, ਹਰ ਕਾਲਜ ਕੈਨੇਡਾ ਦੇ ਵਿੱਚ SDS ਹੈ, ਹਰ ਕਾਲਜ ਨੋਨ SDS ਹੈ, ਗਵਰਨਮੈਂਟ ਪ੍ਰਾਈਵੇਟ ਯੂਨੀਵਰਸਿਟੀ ਵਟ ਐਵਰ ਇਟ ਇਜ਼, ਇੱਕ ਪ੍ਰੋਫਾਈਲ ਹੈ SDS, ਇੱਕ ਕੈਟਾਗਰੀ ਹੈ ਵੀਜ਼ਾ ਅਪਲਾਈ ਕਰਨ ਦੀ, ਕਿ ਜਿਹਦੇ ਵਿੱਚ ਤੁਹਾਡੇ 6 ਈਚ ਹੈਗੇ ਆ, ਪਹਿਲੀ ਸ਼ਰਤ ਸਾਲ ਦੀ ਫੀਸ ਦਿੱਤੀ ਹੈ, ਦੂਜੀ ਸ਼ਰਤ GIC ਜਮ੍ਹਾਂ ਕਰਾਇਆ, ਤੀਜੀ ਸ਼ਰਤ ਤੁਸੀਂ SDS 'ਚ ਵੀਜ਼ਾ ਅਪਲਾਈ ਕਰ ਸਕਦੇ ਹੋ, ਕੋਈ ਵੀ ਕਾਲਜ SDS ਜਾਂ ਨੋਨ SDS ਨਹੀਂ ਹੈਗਾ। ਸੋ ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹ SDS ਕੈਟਾਗਰੀ 'ਚ ਅਪਲਾਈ ਹੁੰਦਾ। ਅੱਗੇ ਸੀਗਾ ਕਿ 4 ਕੰਟਰੀਆਂ ਸੀਗੀਆਂ ਜਦੋਂ SPP ਸੀ, SDS 'ਚ ਕਨਵਰਜਨ ਹੋਈ, ਉਦੋਂ ਵੀ ਉਹ 4 ਕੰਟਰੀਆਂ, ਅੱਜ ਦੀ ਰੇਟ 'ਚ 3 ਕੰਟਰੀਆਂ ਹੋਰ ਵੱਧ ਗਈਆਂ ਰੀਸੈਂਟਲੀ, ਪਾਕਿਸਤਾਨ, ਸੈਨੇਗਲ, ਮੋਰੋਕੋ, ਹੁਣ SDS 'ਚ 7 ਕੰਟਰੀਆਂ ਹੋ ਗਈਆਂ। ਔਰ ਇਸ ਚੀਜ਼ ਦੀ ਐਕਸਪੈਂਸ਼ਨ, ਬਿਕੋਜ਼ ਸੇਮ ਗੌਰਮੈਂਟ ਹੈ ਜਿਹਦੇ ਇਹ ਸਾਰਾ ਕੁਝ ਪਲਾਨ ਕੀਤਾ, ਇਸ ਚੀਜ਼ ਦੀ ਐਕਸਪੈਂਸ਼ਨ ਹੋਊਗੀ, ਕੱਲ੍ਹ ਨੂੰ ਨੇਪਾਲ, ਸ਼੍ਰੀਲੰਕਾ, ਕੰਬੋਡੀਆ, ਹੋਰ ਹੌਲੀ ਹੌਲੀ ਸਾਰੀਆਂ ਕੰਟਰੀਜ਼ ਇਹਦੇ ਵਿੱਚ ਆ ਜੂਗੀਆਂ। ਸੋ ਜੇ ਤੁਹਾਡੇ ਓਵਰਆਲ 6 ਬੈਂਡ ਹੈ, ਇੱਕ ਮੋਡਿਊਲ 5.5 ਆ, ਯੂ ਕੈਨ ਸਟਿਲ ਗੋ, ਨੋਨ SDS ਦੇ ਵਿੱਚ ਵੀਜ਼ਾ ਅਪਲਾਈ ਹੋਊਗਾ, ਵੀਜ਼ਾ ਲੱਗਦਾ ਜੇ ਨੋਨ SDS ਦੇ ਵਿੱਚ, ਬਹੁਤ ਸਾਰੇ ਸਟੂਡੈਂਟਸ ਨੇ ਵੀਜ਼ੇ ਲਵਾ ਲਏ ਔਰ ਚਲੇ ਗਏ। ਤੁਸੀਂ ਦੇਖਣਾ ਚਾਹੁੰਦੇ ਹੋ ਮੇਰੇ ਕਿਸੇ ਵੀ ਆਫਿਸ ਵਿਜ਼ਿਟ ਕਰ ਲਓ, ਜਿੰਨੇ ਵੀਜ਼ੇ ਦੇਖਣਾ ਚਾਹੁੰਦੇ ਹੋ ਤੁਸੀਂ ਦੇਖ ਸਕਦੇ ਹੋ। ਤੁਸੀਂ ਕਦੋਂ ਪੜ੍ਹਾਈ ਕੀਤੀ, ਤੁਸੀਂ ਕਿਹੜੇ ਸਾਲ ਦੇ ਵਿੱਚ ਪੜ੍ਹਾਈ ਕੀਤੀ, ਉਸ ਤੋਂ ਬਾਅਦ ਗੈਪ ਹੈਗਾ ਕਿਸੇ ਦਾ ਸਾਲ ਦਾ, ਕਿਸੇ ਦਾ 2 ਸਾਲ ਦਾ, 3 ਸਾਲ ਦਾ, ਉਹਦੀ ਜਸਟੀਫਿਕੇਸ਼ਨ ਅੰਬੈਸੀ ਨੂੰ ਚਾਹੀਦੀ ਹੈ, ਉਹਦਾ ਰੀਜ਼ਨ ਲਿਆ ਦਿਓ ਕਿ ਅਸੀਂ ਉਸ ਟਾਈਮ 'ਤੇ ਕੀ ਕੀਤਾ, ਉਹ ਜਸਟੀਫਿਕੇਸ਼ਨ ਅੰਬੈਸੀ ਨੂੰ ਦੇ ਦਿਓ। ਸੋ ਆਹ ਜੇ ਚੀਜ਼ਾਂ ਹੈਗੀਆਂ, ਰਿਫਿਊਜ਼ਲ, ਬਹੁਤ ਸਾਰੇ ਸਟੂਡੈਂਟਸ ਨੇ ਮੋਂਟਰੀਅਲ ਦੇ ਵਿੱਚ ਰਿਫਿਊਜ਼ਲਾਂ ਲਵਾ ਲਈਆਂ, ਬਹੁਤ ਸਾਰੇ ਸਟੂਡੈਂਟਸ ਨੇ ਹੋਰ ਕਮਿਊਨਿਟੀ ਕਾਲਜਸ ਦੇ ਵਿੱਚ ਰਿਫਿਊਜ਼ਲ ਲਵਾ ਲਈਆਂ, ਮੇਰੀ ਇੱਕ ਰਿਕੁਐਸਟ ਹੈ, ਕਾਲਜ ਨਾਲ ਕੰਪਰੋਮਾਈਜ਼ ਕਰ ਲਓ, ਸਿਟੀ ਦੇ ਨਾਲ ਕੰਪਰੋਮਾਈਜ਼ ਕਰ ਲਓ, ਕੋਰਸ ਕਿਹੜਾ ਚੁਣ ਕੇ ਅੰਬੈਸੀ ਦੇ ਵਿੱਚ ਵੀਜ਼ਾ ਅਪਲਾਈ ਕਰਨਾ ਉਹਦੇ ਨਾਲ ਕੰਪਰੋਮਾਈਜ਼ ਨਾ ਕਰੋ। SDS ਦੀ ਆਪਾਂ ਗੱਲ ਕਰਦੇ ਹਾਂ ਕਿ ਸਾਲ ਦੀ ਫੀਸ ਜਾਣੀ ਕੰਪਲਸਰੀ ਹੈ, ਅੱਜ ਦੀ ਡੇਟ ਦੇ ਵਿੱਚ ਕਿਸੇ ਦੇ 7 ਬੈਂਡ ਵੀ ਹੈਗੇ ਆ, ਉਹ ਵੀ ਮੋਂਟਰੀਅਲ ਦੇ ਵਿੱਚ SDS ਕੈਟਾਗਰੀ 'ਚ ਅਪਲਾਈ ਨਹੀਂ ਕਰ ਸਕਦਾ, ਕਿਉਂਕਿ ਮੋਂਟਰੀਅਲ ਕਿਊਬੈਕ ਗਵਰਨਮੈਂਟ ਦੀ ਸ਼ਰਤ ਹੈ, ਉੱਥੇ ਰੂਲ ਹੈ ਕਿ ਕੋਈ ਵੀ ਕਾਲਜ ਸਟੂਡੈਂਟ ਤੋਂ ਸਾਲ ਦੀ ਫੀਸ ਇਕੱਠੀ ਨਹੀਂ ਲੈ ਸਕਦਾ। ਸੋ ਇੱਕ ਪਾਸੇ ਸ਼ਰਤ ਹੈ ਕਿ SDS 'ਚ ਸਾਲ ਦੀ ਫੀਸ ਚਾਹੀਦੀ ਹੈ, ਦੂਜੇ ਪਾਸੇ ਕਿਊਬੈਕ ਗੌਰਮੈਂਟ ਦਾ ਰੂਲ ਹੈ ਕਿ ਸਟੂਡੈਂਟ ਤੋਂ ਸਾਲ ਦੀ ਫੀਸ ਇਕੱਠੀ ਨਹੀਂ ਲੈ ਸਕਦੇ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਇਹ ਟੈਕਨੀਕੈਲਿਟੀਜ਼ ਜੇ ਤੁਹਾਨੂੰ ਪਤਾ ਹੈ, ਜਾਂ ਓਬਵੀਅਸਲੀ ਕਿ ਸਟੂਡੈਂਟ ਨੂੰ ਨਹੀਂ ਪਤਾ ਹੁੰਦਾ, ਅਸੀਂ ਰੈਗੂਲਰ ਬੇਸਿਸ 'ਤੇ ਕੰਮ ਕਰਦੇ ਹਾਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਪਤਾ ਹੁੰਦਾ, ਬਟ ਇਹਨਾਂ ਟੈਕਨੀਕੈਲਿਟੀਜ਼ ਨੂੰ ਜਦੋਂ ਤੁਸੀਂ ਖਿਆਲ 'ਚ ਰੱਖ ਕੇ ਵੀਜ਼ਾ ਅਪਲਾਈ ਕਰਦੇ ਹੋ,
ਜੋ ਕਿ ਪਿਛਲੇ 6-8 ਮਹੀਨੇ 'ਚ ਦੇਖਿਆ ਓਮ ਗਲੋਬਲ ਦਾ ਵੀਜ਼ਾ ਸਕਸੈਸ ਰੇਟ ਇਜ਼ ਮੋਰ ਦੈਨ 95%। ਤੁਸੀਂ ਮੇਰੇ ਕੋਲ ਆ ਜਾਓ, ਮੇਰੇ ਤੋਂ ਰਿਜ਼ਲਟ ਦੇਖ ਲਓ, ਫਿਰ ਮਨ ਬਣਾਇਓ ਕਿ ਵੀਜ਼ਾ ਅਪਲਾਈ ਕਰਨਾ ਜੇ ਕਿ ਨਹੀਂ ਕਰਨਾ ਜੀ। ਸੋ ਫੋਨ 'ਤੇ ਕਦੀ ਵੀਜ਼ੇ ਨਹੀਂ ਲੱਗਦੇ, ਫੋਨ 'ਤੇ ਵੀਜ਼ਾ ਲਵਾਉਣ ਦੀ ਕੋਸ਼ਿਸ਼ ਵੀ ਨਾ ਕਰਿਆ ਕਰੋ। ਸਿਰਫ ਫੋਨ ਦਾ ਜ਼ਰੀਆ ਹੈ ਕਿਸੇ ਕੰਸਲਟੈਂਟ ਤੱਕ ਅਪਰੋਚ ਕਰਨ ਦਾ, ਉਹਦਾ ਐਡਰੈਸ ਪੁੱਛਣ ਦਾ ਔਰ ਅਪੁਆਇੰਟਮੈਂਟ ਫਿਕਸ ਕਰਨ ਦਾ। ਘਰ ਬੈਠੇ ਕਾਲ ਕਰੋ, ਟੀਵੀ ਸਕਰੀਨ 'ਤੇ ਨੰਬਰ ਚੱਲ ਰਿਹਾ, ਅਪੁਆਇੰਟਮੈਂਟ ਫਿਕਸ ਕਰ ਲਓ ਪੁਨੀਤ ਖੰਨਾ ਜੀ ਦਾ ਜਾਂ ਇਹਨਾਂ ਦੀ ਐਕਸਪਰਟ ਟੀਮ ਨਾਲ। ਆਪਣੇ ਡਾਕੂਮੈਂਟਸ ਲੈ ਕੇ ਆਓ, ਆਪਣਾ ਆਈਐਲਟੀਐਸ ਲੈ ਕੇ ਆਓ, ਜੇਕਰ ਰਿਫਿਊਜ਼ ਹੋ ਤਾਂ ਰਿਫਿਊਜ਼ਲ ਲੈਟਰ ਲੈ ਕੇ ਆਓ ਔਰ ਆਪਣੇ ਪੇਰੈਂਟਸ ਨੂੰ ਜ਼ਰੂਰ ਲੈ ਕੇ ਆਓ ਤਾਂ ਕਿ ਮੌਕੇ 'ਤੇ ਮਨ ਬਣਦਾ 'ਤੇ ਅਪਲਾਈ ਕਰਕੇ 15-20 ਦਿਨ ਦੇ ਵਿੱਚ ਕੈਨੇਡਾ ਦਾ ਵੀਜ਼ਾ ਤੁਸੀਂ ਹਾਸਲ ਕਰ ਸਕਦੇ ਹੋ। ਸੋ ਫਿਲਹਾਲ ਕੁਛ ਇੱਕ ਬੱਚਿਆਂ ਨਾਲ ਮਿਲਾਉਂਦੇ ਹਾਂ, ਸਟੂਡੈਂਟਸ ਨਾਲ ਜਿਨ੍ਹਾਂ ਨੇ ਓਮ ਗਲੋਬਲ ਰਾਹੀਂ ਵੀਜ਼ਾ ਅਪਲਾਈ ਕੀਤੇ ਔਰ ਵੀਜ਼ਾ ਹਾਸਲ ਕਰ ਲਏ, ਤੁਸੀਂ ਵੀ ਉਹਨਾਂ ਵਿੱਚੋਂ ਇੱਕ ਬਣ ਸਕਦੇ ਹੋ। ਫਿਲਹਾਲ ਜਾ ਚਾਹੁੰਦੇ ਪੁਨੀਤ ਖੰਨਾ ਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ। ਸ਼ੁਕਰੀਆ ਜੀ।